ਹੈਲੋ ਦੋਸਤੋ ਕੀ ਹਾਲ ਚਾਲ ਹੈ ਇਹ ਜਿਹੜੀ ਵੀਡੀਓ ਕਲਿੱਪ ਤੁਸੀਂ ਦੇਖ ਰਹੇ ਹੋ ਨਾ ਇਹ ਜੋ ਹੈ ਇਹ ਦੁਸ਼ਹਿਰੇ ਵਾਲੇ ਦਿਨ ਦੀ ਹੈ ਸੋਚਿਆ ਤਾਂ ਬਹੁਤ ਹੋਇਆ ਸੀ ਕਿ ਇਸ ਵਾਰ ਨਾ ਫਰਸਟ ਬਲੌਗ ਹੈ ਦੁਸ਼ਹਿਰੇ ਦਾ ਬੜਾ ਵਧੀਆ ਬਣਾ ਕੇ ਪਾਵਾਂਗੇ ਪਰ ਜੋ ਕੁਛ ਅੱਪਾ ਸੋਚਦੇ ਆ ਉਹ ਜ਼ਰੂਰ ਹੁੰਦਾ ਨਹੀਂ ਹੈ ਜ਼ਰੂਰਤ ਥੋੜਾ ਕਿਉਂ ਹੋਊਗਾ ਇੱਥੇ ਮੈਂ ਇੱਕ ਸਾਈਡ ਤੇ ਖੀਰ ਬਣਾ ਰਹੀ ਹਾਂ ਮੱਥਾ ਟੇਕਣਾ ਹੁੰਦਾ ਹੈ ਨਾ ਸਵੇਰ ਪੌਣੇ 7 ਦਾ ਟਾਈਮ ਹੈ ਇਹ ਇੱਕ ਸਾਈਡ ਤੇ ਨਾ ਮੈਂ ਨਾਲ ਦੀ ਨਾਲ ਔਲੇ ਦਾ ਅਚਾਰ ਬਣਾ ਰਹੀ ਆ ਇਸ ਵਾਰ ਤਾਂ ਨਾ ਔਲੇ ਨੇ ਕਮਾਲ ਕਰਤੀ ਮਤਲਬ ਇਹ ਵੀ ਫ੍ਰੀ ਦੇ ਆਏ ਹਨ ਅਜ ਇੱਕ ਗਿਫਟ ਕਿਸੇ ਫਰੈਂਡ ਦੇ ਕਰ ਤੂੰ ਇਧਰ ਚੌਲ ਉਬਾਲ ਕੇ ਉਹਦੇ ਵਿੱਚ ਇਲਾਇਚੀ ਐਡ ਕਰਤੀ ਹੈ ਨਾਲ ਦੇ ਨਾਲ ਦੁੱਧ ਜਦੋਂ ਵੀ ਨਾ ਕੋਈ ਤਿਹਾਰ ਹੁੰਦਾ ਹੈ ਸਪੈਸ਼ਲੀ ਪੰਜਾਬ ਦੇ ਵਿੱਚ ਤਿਹਾਰ ਹੁੰਦਾ ਤਾਂ ਸਭ ਨੂੰ ਨਾ ਇੱਕ ਗੱਲ ਕੀ ਆਉਂਦੀ ਆਪਣੇ ਦਿਮਾਗ ਦੇ ਵਿੱਚ ਕਿ ਸਪੈਸ਼ਲ ਖਾਣਾ ਵਧੀਆ ਖਾਣਾ ਆਪਾਂ ਰੋਜ਼ ਨਾਲੋਂ ਹਟਕੇ ਬਣਾਉਨੇ ਆ ਨਾ ਬਸ ਇਸੇ ਤਰੀਕੇ ਦੇ ਨਾਲ ਅੱਜ ਸਾਡੀ ਵੀ ਕੁਝ ਪਲੈਨਿੰਗ ਸੀ ਕਿ ਤਿਉਹਾਰ ਹੈ ਬੱਚੇ ਵੀ ਘਰ ਨੇ ਸਕੂਲ ਵੀ ਨਹੀਂ ਗਏ ਹੋਏ ਕੁਝ ਵਧੀਆ ਬਣਾਵਾਂਗੇ ਪਰ ਐਨ ਮੌਕੇ ਤੇ ਆ ਕੇ ਨਾ ਮੇਰੀ ਬੀਟੀ ਬਿਮਾਰ ਹੋ ਗਈ ਸਵੇਰ ਨੂੰ ਸਕੂਲ ਮਤਲਬ ਸਵੇਰ ਨੂੰ ਉੱਠਦੇ ਹੀ ਉਹ ਬਿਮਾਰ ਸੀ ਬੁਖਾਰ ਸੀ ਇੱਥੇ ਕੀਰ ਮੇਰੀ ਬਣ ਚੁੱਕੀ ਹੈ ਮਿੱਠਾ ਐਡ ਕਰਤਾ ਮਿੱਠਾ ਮੈਂ ਚੌਲਾਂ ਦੇ ਬਰਾਬਰ ਦਹੀਂ ਰੱਖਦੀ ਹਾਂ ਰੇਸ਼ਿਓ ਸੇਮ ਰੱਖਦੀ ਹਾਂ ਉਹਨਾਂ ਦੀ ਮੈਂ ਨਾਲ ਦੀ ਨਾਲ ਮੇਰੇ ਔਲੇ ਵੀ ਤਿਆਰ ਹੋ ਚੁੱਕੇ ਨੇ ਇਸ ਬਲੌਗ ਦੇ ਵਿੱਚ ਨਾ ਆਪਾਂ ਥੋੜਾ ਡਿਟੇਲ ਵਿੱਚ ਨਹੀਂ ਜਾਵਾਂਗੇ ਮੈਂ ਜਸਟ ਨਾ ਅੱਜ ਦੇ ਦਿਨ ਦੀ ਆਪਣੀ ਰੁਟੀਨ ਹੀ ਸ਼ੇਅਰ ਕੀਤੀ ਆ ਕੋਈ achar ਮੈਂ ਕਿਵੇਂ ਬਣਾ ਰਹੀ ਆ ਡਿਟੇਲ ਚ ਕੋਈ ਰੈਸਿਪੀ ਨਹੀਂ ਸ਼ੇਅਰ ਕਰੂੰਗੀ ਇਹ ਜਦੋਂ ਨਾ ਬੱਚੇ ਬਿਮਾਰ ਹੋ ਜਾਂਦੇ ਨੇ ਤਾਂ ਮਤਲਬ ਸਪੈਸ਼ਲੀ ਜਦੋਂ ਤਿਹਾਰ ਵਾਲੇ ਦਿਨ ਬਿਮਾਰ ਹੋ ਜਾਂਦੇ ਨੇ ਨਾ ਤਾਂ ਸਾਰੇ ਤਿਹਾਰ ਦਾ ਮਜ਼ਾ ਹੀ ਖਿਰਖਰਾ ਹੋ ਜਾਂਦਾ ਹੈ ਹਾਲਾਂਕਿ ਮੈਨੂੰ ਹੁਣ ਖੁਦ ਨੂੰ ਪਹਿਲਾਂ ਦੀ ਤਰ੍ਹਾਂ ਤਿਹਾਰਾਂ ਦਾ ਨਾਚ ਆ ਨਹੀਂ ਜੋ ਬਚਪਨ ਚ ਹੁੰਦਾ ਸੀ ਜਾਂ 5-10 ਸਾਲ ਪਹਿਲਾਂ ਹੁੰਦਾ ਸੀ ਪਰ ਜਿਵੇਂ ਬੱਚਿਆਂ ਨੂੰ ਬੜਾ ਚਾਹ ਹੁੰਦਾ ਹੈ ਕਿ ਤਿਹਾਰ ਹੈ ਮਮਾ ਜੀ ਇਹ ਖਾਣਾ ਹੈ ਜਾਂ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਿੱਦਾਂ ਤੇ ਸ਼ਹਿਰੇ ਦਾ ਸਾਡੇ ਨੇੜਲੇ ਪਿੰਡ ਮੇਲਾ ਲੱਗਦੇ ਸਾਨੂੰ ਮੇਲਾ ਦਿਖਾ ਕੇ ਲਿਆਓ ਇਹ ਗੱਲਾਂ ਦਾ ਬੜਾ ਹੁੰਦਾ ਹੈ ਇੱਥੇ ਔਲੇ ਦੇ ਵਿੱਚ ਬਸ ਬਣ ਚੁੱਕੇ ਨੇ ਇਹਦੇ ਵਿੱਚ ਨਮਕ ਮਿਰਚ ਔਰ ਹਲਦੀ ਪਾਇਆ ਇਹਦੇ ਵਿੱਚ ਹੋਰ ਮੈਂ ਕਦੇ ਕੁਝ ਵੀ ਨਹੀਂ ਪਾਇਆ ਬਸ ਇਸ ਤੋਂ ਬਾਅਦ ਨਾ ਹੁਣ ਇਹਨੂੰ ਥੋੜੀ ਦੇਰ ਲਈਨੇ ਇਹਨਾਂ ਦੀ ਇਦਾਂ ਹੀ ਭਾਫ਼ ਬੰਦ ਕਰਕੇ ਰੱਖ ਦਾਂਗੇ ਆਪਾਂ ਮਤਲਬ ਜਦੋਂ ਤੱਕ ਇਹ ਪੂਰੀ ਤਰ੍ਹਾਂ ਠੰਡੇ ਨਹੀਂ ਨਾ ਹੁੰਦੇ ਉਦੋਂ ਤੱਕ ਆਪਾਂ ਇਹਨਾਂ ਦੀ ਭਾਫ਼ ਬੰਦ ਕਰ ਦਾਂਗੇ ਮੈਂ ਸਤਿਆਰ ਹੋਣ ਤੋਂ ਬਾਅਦ ਫਿਰ ਦੁਪਹਿਰ ਤੱਕ ਇਹਨਾਂ ਨੂੰ ਕੱਢ ਕੇ ਮੈਂ ਜੋ ਵੀ ਕੰਟੇਨਰ ਹੈ ਉਹਦੇ ਵਿੱਚ ਪਾਉਂਗੀ ਹੁਣ ਇਹਨਾਂ ਨੂੰ ਇਦਾਂ ਹੀ ਰੱਖੂਗੀ ਇੰਨੀ ਜਲਦੀ ਜਾਂਦੀ ਨਹੀਂ ਪਾਉਣੇ ਉਹਦੇ ਨਾਲ ਵੀ ਥੋੜਾ ਜਿਹਾ ਨਾ ਜਲਦੀ ਇਹ ਖਰਾਬ ਹੋ ਜਾਂਦੇ ਨੇ ਜੇ ਆਪਾਂ ਥੋੜੇ ਜਿਹਾ ਵੀ ਗਰਮ ਪਾ ਦਿੰਨੇ ਆ ਨਾ ਇਹਨਾਂ ਨੂੰ ਹਲਕਾ ਜਿਹਾ ਵੀ ਰਹਿ ਜਾਵੇ ਨਾ ਆਪਾਂ ਕਹਿ ਦਿੰਨੇ ਆ ਤਾਂ ਵੀ ਇਹ ਥੋੜੇ ਜਿਹਾ ਖਰਾਬ ਹੋ ਜਾਂਦੇ ਨੇ ਇਹ ਦੁਸ਼ਹਿਰੇ ਵਾਲੇ ਦਿਨ ਬਣਾਉਣੇ ਹੁੰਦੇ ਆ ਪਰ ਕਿਉਂ ਬਣਾਉਣੇ ਮੈਨੂੰ ਇਹਨਾਂ ਪਤਾ ਨਹੀਂ ਬਸ ਦਿਵਾਲੀ ਨੂੰ ਚਲਾ ਦੇਣੇ ਆ ਬਚਪਨ ਤੋਂ ਇਹਨਾਂ ਨੂੰ ਦੇਖਦੇ ਆਏ ਆ ਬੇਟੀ ਨੂੰ ਦਵਾਈ ਦਵਾ ਕੇ ਆਉਣ ਤੋਂ ਬਾਅਦ ਨਾ ਰਸਤੇ 'ਚੋਂ ਦੇ ਬੱਚਿਆਂ ਲਈ ਸਿਰਫ ਇੱਕ ਗੋਲ ਗੱਪੇ ਲੈ ਆਏ ਸੀ ਇਹ ਹੈ ਦੁਪਹਿਰ ਦਾ ਟਾਈਮ ਇੱਥੇ ਨਾ ਕਈ ਦਿਨਾਂ ਤੋਂ ਨਾ ਮੇਰੇ ਬੱਚੇ ਕਹਿ ਰਹੇ ਸੀ ਕਿ ਕਿਸੇ ਦੇ ਘਰ ਨਾ ਉਹਨਾਂ ਨੇ ਬੜੇ ਦੇਖੇ ਹੋਏ ਨੇ ਗਮਲੇ ਦੇ ਵਿੱਚ ਲੱਗੇ ਹੋਏ ਨਾ ਕਿ ਵੀ ਬਹੁਤ ਵਧੀਆ ਲੱਗਦੇ ਨੇ ਕਿ ਮੰਮਾ ਇਹ ਆਪਣੇ ਘਰ ਦੇ ਵਿੱਚ ਵੀ ਬੀਜੋ ਹਾਲਾਂਕਿ ਮੈਂ ਕਹਜੀ ਫੈਮਿਲੀ ਨੂੰ ਬਿਲੋਂਗ ਕਰਦੀ ਆਂ ਜਿੱਥੇ ਕੇ ਪਿਤਾ ਪੁਰਖੀ ਕਿਤਾ ਖੇਤੀਬਾੜੀ ਰਿਹਾ ਹੈ ਪਰ ਮੈਨੂੰ ਖੁਦ ਨੂੰ ਬਾਗਬਾਨੀ ਵਗੈਰਾ ਦਾ ਜ਼ਿਆਦਾ ਸ਼ੌਂਕ ਨਹੀਂ ਹੈ ਪਰ ਚਲੋ ਬੱਚਿਆਂ ਨੂੰ ਪਸੰਦ ਸੀ ਇਸ ਕਰਕੇ ਨਾ ਇਹਨਾਂ ਦੋ ਗਮਲਿਆਂ ਦੇ ਵਿੱਚ ਨਾ ਐਲੋਵੇਰਾ ਬੀਜਿਆ ਹੋਇਆ ਸੀ ਉਹ ਪੱਟ ਕੇ ਨਾ ਮੈਂ ਹੁਣ ਬਸ ਇਹਦੇ ਵਿੱਚ ਇਹ ਲਗਾਤੇ ਇੱਕ ਤਾਂ ਹੁਣ ਦਿਨ ਛੋਟੇ ਛੋਟੇ ਨੇ ਨਾ ਤੇ ਬਿਲਕੁਲ ਉਦੋਂ ਹੀ ਸ਼ਾਮ ਹੋ ਜਾਂਦੀ ਹੈ ਤੁਸੀਂ ਕੋਈ ਵੀ ਕੰਮ ਨਹੀਂ ਖਤਮ ਹੁੰਦਾ ਫਟਾਫਟ ਤੁਸੀਂ ਇੱਕ ਕੰਮ ਸ਼ੁਰੂ ਕਰਦੇ ਤਾਂ ਪਤਾ ਲੱਗਦਾ ਕਿ ਬਿਲਕੁਲ ਸ਼ਾਮ ਹੋ ਗਈ ਸੂਰਜ ਛਿਪ ਵੀ ਗਿਆ ਚਲੋ ਇਹ ਕੰਮ ਕਰਕੇ ਹੁਣ ਚੱਲਦੇ ਹਾਂ ਸ਼ਾਮ ਦੇ ਕਮਾਂ ਵੱਲ ਇੱਕ ਤਾਂ ਨਾ ਦੀਵਾਲੀ ਬਿਲਕੁਲ ਨਜ਼ਦੀਕ ਆ ਚੁੱਕਿਆ ਹੈ ਸਾਲਾਂ ਸਾਡਾ ਬਿਲਕੁਲ ਸਫਾਈ ਵਗੈਰਾ ਦਾ ਵੀ ਕੋਈ ਕੰਮ ਜੇ ਸਟਾਰਟ ਵੀ ਨਹੀਂ ਹੋਇਆ ਖਤਮ ਤਾਂ ਕੀ ਹੋਣਾ ਉਹ ਵੀ ਤੁਹਾਡੇ ਨਾਲ ਕਿਸੇ ਹੋਰ ਬਲੌਗ ਦੇ ਵਿੱਚ ਸ਼ੇਅਰ ਕਰੂੰਗੀ ਕਿਵੇਂ ਕੀਤੀ ਹੈ ਸਫਾਈ ਇੱਥੇ ਹੁਣ ਬਸ ਸ਼ਾਮ ਦੇ ਖਾਣਾ ਬਣਾ ਰਹੇ ਹਾਂ ਸ਼ਾਮ ਦੇ ਖਾਣੇ ਵਿੱਚ ਵੀ ਜੋ ਸਿੰਪਲ ਹੈ ਬੀਟੀਲੀ ਖਿਚੜੀ ਬਣਾਈ ਹੈ ਆਲੂ ਪਕੌੜੇ ਦੀ ਸਬਜ਼ੀ ਇਹ ਹੁਣ ਮੈਂ ਨਾਲ ਦੀ ਨਾਲ ਜੋ ਬਰਤਨ ਵੀ ਰਹਿੰਦੇ ਸੀ ਚਾਹ ਵਾਲੇ ਉਹ ਬਰਤਨ ਸਾਫ਼ ਕਰ ਰਹੀ ਹਾਂ ਬਰਤਨਾਂ ਦੇ ਵੀ ਕਦੇ ਰੁਟੀਨ ਸ਼ੇਅਰ ਕਰਾਂਗੇ ਕਿ ਸਾਰਾ ਦਿਨ ਦੇ ਵਿੱਚ ਕਿਸ ਤਰੀਕੇ ਨਾਲ ਬਰਤਨ ਸਾਫ਼ ਕਰਦੇ ਆ ਹਾਂ ਇਹ ਤਾਂ ਮੈਨੂੰ ਲੱਗਦਾ ਜੀ ਲਾਈਵ ਵੀ ਚੱਲੂਗਾ ਸਾਰਾ ਇਹਨਾਂ ਦਾ ਵਲੌਗ ਤਾਂ ਕੀ ਬਣਨਾ ਹੈ ਸਾਫ਼ ਕਰਕੇ ਬਸ ਹੁਣ ਸ਼ਾਮ ਤਾਂ ਕੰਬੀ ਨਹੀਂ ਹੁੰਦਾ ਨਾਲ ਦੀ ਨਾਲ ਬਸ ਹੁਣ ਆ ਸਬਜੀ ਬਣ ਚੁੱਕੀ ਹੈ ਇੱਕ ਸਾਈਡ ਤੇ ਮੈਂ ਦੁੱਧ ਗਰਮ ਕਰਤਾ ਜਾਗ ਲਾਉਣ ਵਾਲਾ ਪਹਿਲਾਂ ਗਰਮੀਆਂ ਦੇ ਵਿੱਚ ਥੋੜਾ ਜਿਹਾ ਜਲਦੀ ਕਰਦੇ ਸੀ ਸਵੇਰ ਟਾਈਮ ਉਦੋਂ ਠੰਡਾ ਨਹੀਂ ਸੀ ਹੁੰਦਾ ਹੁਣ ਠੰਡਾ ਜਲਦੀ ਹੋ ਜਾਂਦਾ ਹੁਣ ਸ਼ਾਮ ਟਾਈਮ ਹੀ ਕਰਦੇ ਹੁਣੇ ਬਸ ਸਬਜੀ ਬਣਨ ਤੋਂ ਬਾਅਦ ਆਟਾ ਗੁੰਨ ਕੇ ਤੇ ਰੋਟੀ ਪਕਾ ਦੇਣੀ ਆ ਸਾਡੇ ਘਰ ਦੇ ਵਿੱਚ ਨਾ ਖਾਣਾ ਬਣਾਉਣ ਨੂੰ ਟਾਈਮ ਲੱਗਦਾ ਖਾਣ ਨੂੰ ਨਹੀਂ ਸਭ ਨੂੰ ਨਾ ਗਰਮ ਗਰਮ ਖਾਣਾ ਹੀ ਪਸੰਦ ਹੈ ਔਰ ਫਿਕਸ ਜੇ ਟਾਈਮ ਨਹੀਂ ਸਭ ਦੇ ਖਾਣ ਦੇ ਇਹ ਨਹੀਂ ਕਿ ਅੱਗੋਂ ਪਿੱਛੋਂ ਖਾਂਦੇ ਨੇ ਹਾਂ ਫਰੈਂਡਸ ਇੱਕ ਗੱਲ ਹੋਰ ਕਹਿਣੀ ਸੀ ਜੇ ਕਿਸੇ ਵੀ ਵਜ੍ਹਾ ਕਰਕੇ ਚੰਗਾ ਲੱਗਦਾ ਨਾ ਤਾਂ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਨਹੀਂ ਵੀ ਅੱਛਾ ਲੱਗਦਾ ਤਾਂ ਤਾਂ ਕਦੇ-ਕਦੇ ਉਹਨਾਂ ਲੋਕਾਂ ਨੂੰ ਦੇਖਣ ਦਾ ਦਿਲ ਵੀ ਕਰਦਾ ਹੈ ਨਾ ਕਿ ਜਿਨ੍ਹਾਂ ਦੇ ਵਲੌਗ ਆਪਾਂ ਨੂੰ ਅੱਛੇ ਨਹੀਂ ਲੱਗਦੇ ਆਪਾਂ ਦੇਖਦੇ ਆ ਕਿ ਅੱਜ ਇਹ ਕੀ ਕਰ ਰਹੇ ਨੇ ਫਿਰ ਵੀ ਤਾਂ ਵੀ ਸਬਸਕ੍ਰਾਈਬ ਕਰ ਲਿਆ ਕਰੋ ਕੀ ਪਤਾ ਫਿਰ ਦੇਖ ਕੇ ਅੱਛਾ ਲੱਗਣ ਲੱਗ ਜਵੇ ਨਾ ਪਸੰਦ ਆਉਂਦੇ ਆਉਂਦੇ ਪਸੰਦ ਆ ਜਵੇ ਅੱਜ ਲਈ ਬਸ ਇੰਨਾ ਹੀ ਐ ਹੁਣ ਆਟਾ ਗੁੰਨ ਕੇ ਖਾਣਾ ਪਕਾ ਦੇਣਾ ਖਾਣਾ ਤਾਂ ਬਣ ਹੀ ਚੁੱਕਿਆ ਔਰ ਫੁਲਕੀ ਬਣਾਉਣੇ ਨੇ ਜੀ ਬਸ ਉਮੀਦ ਕਰਦੇ ਆ ਤੁਹਾਡਾ ਦੁਸ਼ਹਿਰਾ ਵਧੀਆ ਨਿਕਲੇ ਹੁਣ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਭ ਦੇ ਤਿਹਾਰ ਖੁਸ਼ੀਆਂ ਲੈ ਕੇ ਆਉਣ ਸਭ ਦੇ ਘਰਾਂ ਦੇ ਵਿੱਚ ਅੱਜ ਲਈ ਬਸ ਇੰਨਾ ਹੀ ਫਿਰ ਮਿਲਾਂਗੇ ਜੀ ਅਗਲਾ ਵਲੌਗ ਨਾ ਹੁੰਨਾ ਦੀਵਾਲੀ ਦੀ ਸਫਾਈ ਤੇ ਪਾਵਾਂਗੇ ਜਿਹੜੀ ਕਿ ਹੁਣ ਮੈਂ ਦੁਸ਼ਹਰੇ ਤੋਂ ਦੂਸਰੇ ਦਿਨ ਸਟਾਰਟ ਕੀਤੀ ਹੈ ਬਸ ਅੱਜ ਲਈ ਇੰਨਾ ਹੀ ਫਰੈਂਡਸ ਓਕੇ ਬਾਏ ਬਾਏ